ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 101 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਕੀਤਾ ਸਨਮਾਨਿਤ। ਕਰੀਬ ਇੱਕ ਦਹਾਕੇ ਬਾਅਦ ਇਸ ਅਵਾਰਡ ਨਾਲ ਸਨਮਾਨੇ ਗਏ ਖਿਡਾਰੀ। ਕੈਪਟਨ ਨਾਲ ਨਾਰਾਜ਼ ਚੱਲ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਦਿੱਤੀ ਸਲਾਹ, ਕਿਹਾ ਸਿੱਧੂ ਵਿਭਾਗ ਨੂੰ ਲੈ ਕੇ ਜਲਦ ਲੈਣ ਫੈਸਲਾ। ਓਲੰਪੀਅਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਅਵਾਰਡ ਦੇਣ ਲਈ ਖੁਦ PGI ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਹਸਪਤਾਲ 'ਚ ਹੀ ਬਲਬੀਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਕੈਪਟਨ ਨੇ ਕੀਤਾ ਸਨਮਾਨਿਤ। ਮਹਿਲਾ ਕਮਿਸ਼ਨ ਵੱਲੋਂ ਦਿੱਤੀ ਗਈ ਸ਼ਿਕਾਇਤ 'ਚ ਗਾਇਕ ਤੇ ਰੈਪਰ ਹਨੀ ਸਿੰਘ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ। ਮੋਹਾਲੀ SSP ਨੇ ਦਿੱਤੀ ਜਾਣਕਾਰੀ, ਜਲਦ ਹੋ ਸਕਦਾ ਹਨੀ ਸਿੰਘ ਗ੍ਰਿਫਤਾਰ। ਨਵੀਂ ਭਰਤੀ ਰੋਕਣ ਲਈ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਕੀਤਾ ਜਮ ਕੇ ਪ੍ਰਦਰਸ਼ਨ। ਸਰੀਰ 'ਤੇ ਪੈਟਰੋਲ ਛਿੜਕ ਕੇ ਦਿੱਤੀ ਮਰਨ ਦੀ ਧਮਕੀ।